साहब बहस होकर देने लगे जी। देखो जी आ पंप वाले बाहोवाल से पंप नोट भी धो के लैन नोट धोन की प्रक्रिया चालू आ। जिहड़ा जिहड़ा पेट्रोल पवा रहे नोट धो के नोट धो रहे हैं। एक मैडम स्टाफ दे नोटा नूं धो के लैन दियां ये तस्वीर हुशियारपुर च पैंदे पिंड बाहोवाल दे पेट्रोल पंप दियां ने। तुहानूं दस दिए कि कुछ दिन पहला सोशल मीडिया से अजिहियां बहुत वीडियो वायरल हुई सन जिन्हां विच नोट सड़कां दे खिदरे जां किसी वल्लों किसी साजिश दे तहत सुट्टे गए सन, जिस तों बाद करोना दे डर तों लोकां च दहशत दा माहौल भी बन गया सी। पर तुहानूं दस दिए कि इस दे चलदिआं ही जिला हुशियारपुर दे एक पिंड दे पेट्रोल पंप ते हर गाहक तों पैसे लैण तों पहलां नोटां नूं चंगी तरहां धोया जांदा है। नोटां नूं धोण दी इह वीडियो सोशल मीडिया ते खूब वायरल हो रही है, तुसीं वी देखो पहलां वायरल हुंदा इह वीडियो। ਹਾਂਜੀ 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 ਪਿੰਡ ਬਾਹੋਵਾਲ ਹੁਸ਼ਿਆਰਪੁਰ ਮਾਲਪੁਰ ਰੋਡ ਆ 500 ਦਾ ਨੋਟ ਆ ਦੇਖੋ ਕਿੱਦਾਂ ਧੋ ਰਿਹਾ ਜੀ। ਆ ਦੇਖੋ ਜੀ ਆ ਮੈਡਮ ਨੇ ਆ ਬਕਾਇਆ ਲਿਆ। ਇੱਕ ਹੋਰ ਸਰਦਾਰ ਜੀ ਆਏ ਆ ਸਿੰਘ ਸਾਹਿਬ ਪੈਸੇ ਧੋ ਕੇ ਦੇਣ ਲੱਗੇ ਜੀ। ਸਿੰਘ ਸਾਹਿਬ ਪੈਸੇ ਧੋ ਕੇ ਦੇਣ ਲੱਗੇ ਜੀ। ਆ ਦੇਖੋ ਜੀ ਆ ਪੰਪ ਵਾਲੇ ਬਾਹੋਵਾਲ ਤੇ ਪੰਪ ਨੋਟ ਵੀ ਧੋ ਕੇ ਲੈਣ ਲੱਗ ਪਏ ਆ। ਆ ਦੇਖੋ ਜੀ ਨੋਟ ਧੋਣ ਵਾਲਿਆਂ ਦੀ ਲੈਣ ਲੱਗੀ ਹੋਈ ਆ। ਆ ਮਗਰ ਇੱਕੋ ਸਾਡੇ ਵੀਰ ਜੀ ਖੜੇ ਆ, ਉਹਨਾਂ ਦੇ ਮਗਰ ਇੱਕ ਹੋਰ ਖੜੇ ਆ ਨੋਟ ਧੋਣ ਲਈ। ਔਰ ਪੰਪ ਦਾ ਸਟਾਫ ਬਾਹੋਵਾਲ ਪੰਪ ਦਾ ਸਟਾਫ ਰਿਲਾਇੰਸ ਵਾਲਿਆਂ ਦਾ ਨੋਟ ਧੋ ਰਿਹਾ ਆ। ਆ ਦੇਖੋ ਜੀ ਵੀਡੀਓ ਹੁਸ਼ਿਆਰਪੁਰ ਦੀ ਪ੍ਰਕਿਰਿਆ ਚਾਲੂ ਆ। ਜਿਹੜਾ ਜਿਹੜਾ ਪੈਟਰੋਲ ਪਵਾ ਰਿਹਾ ਨੋਟ ਧੋ ਕੇ ਨੋਟ ਧੋ ਰਹੇ ਆ। ਇੱਕ ਮੈਡਮ ਸਟਾਫ ਦੇ ਫਿਰ ਇੱਕ ਸਾਫ ਪਾਣੀ ਨਾਲ ਧੋ ਰਹੇ ਆ। ਉਸ ਤੋਂ ਬਾਅਦ ਨੋਟ ਅੰਦਰ ਮਾਲਕਾ ਕੋ ਜਾ ਰਹੇ ਆ। ਬਹੁਤ ਹੀ ਅੱਛਾ। ਹਾਂਜੀ 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 ਪਿੰਡ ਬਾਹੋਵਾਲ ਹੁਸ਼ਿਆਰਪੁਰ ਮਾਲਪੁਰ ਰੋਡ ਆ 500 ਦਾ ਨੋਟ ਆ ਦੇਖੋ ਕਿੱਦਾਂ ਧੋ ਰਿਹਾ ਜੀ। ਆ ਦੇਖੋ ਜੀ ਆ ਮੈਡਮ ਨੇ ਆ ਬਕਾਇਆ ਲਿਆ। ਇੱਕ ਹੋਰ ਸਰਦਾਰ ਜੀ ਆਏ ਆ ਸਿੰਘ ਸਾਹਿਬ ਪੈਸੇ ਧੋ ਕੇ ਦੇਣ ਲੱਗੇ ਜੀ। ਸਿੰਘ ਸਾਹਿਬ ਪੈਸੇ ਧੋ ਕੇ ਦੇਣ ਲੱਗੇ ਜੀ। ਆ ਦੇਖੋ ਜੀ ਆ ਪੰਪ ਵਾਲੇ ਬਾਹੋਵਾਲ ਤੇ ਪੰਪ ਨੋਟ ਵੀ ਧੋ ਕੇ ਲੈਣ ਲੱਗ ਪਏ ਆ। ਆ ਦੇਖੋ ਜੀ ਨੋਟ ਧੋਣ ਵਾਲਿਆਂ ਦੀ ਲੈਣ ਲੱਗੀ ਹੋਈ ਆ। ਆ ਮਗਰ ਇੱਕ ਹੋਰ ਸਾਡੇ ਵੀਰ ਜੀ ਖੜੇ ਆ, ਉਹਨਾਂ ਦੇ ਮਗਰ ਇੱਕ ਹੋਰ ਖੜੇ ਆ ਨੋਟ ਧੋਣ ਲਈ। ਔਰ ਪੰਪ ਦਾ ਸਟਾਫ ਬਾਹੋਵਾਲ ਪੰਪ ਦਾ ਸਟਾਫ ਰਿਲਾਇੰਸ ਵਾਲਿਆਂ ਦਾ ਨੋਟ ਧੋ ਰਿਹਾ ਆ। ਆ ਦੇਖੋ ਜੀ ਵੀਡੀਓ ਹੁਸ਼ਿਆਰਪੁਰ ਦੀ ਪ੍ਰਕਿਰਿਆ ਚਾਲੂ ਆ। ਜਿਹੜਾ ਜਿਹੜਾ ਪੈਟਰੋਲ ਪਵਾ ਰਿਹਾ ਨੋਟ ਧੋ ਕੇ ਨੋਟ ਧੋ ਰਹੇ ਆ। ਇੱਕ ਮੈਡਮ ਸਟਾਫ ਦੇ ਫਿਰ ਇੱਕ ਸਾਫ ਪਾਣੀ ਨਾਲ ਧੋ ਰਹੇ ਆ। ਉਸ ਤੋਂ ਬਾਅਦ ਨੋਟ ਅੰਦਰ ਮਾਲਕਾ ਕੋ ਜਾ ਰਹੇ ਆ। ਬਹੁਤ ਹੀ ਮੈਂ ਆਪਣੇ ਇਹ ਮੋਢਿਆਂ ਅਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-5 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ
शर्म फील करते हैं कितनी सोसाइटी बैठे हैं कि कोई मजाक ना कर रहा है, पर थैंक्स टू फ्री लीव जिन्हें मेरा एक कॉन्फिडेंस बिल्ड किया, जिसे लगान नाल मैं मार्केट चुन बड़ा ही कॉन्फिडेंट हाँ और ये मैं बड़ा फायदा होया। तो मैं सर्वाइकल की भी दिक्कत सी, तो भी मैं बड़ा